ਜਲੰਧਰ ਜਿਮਖਾਨਾ ਕਲੱਬ ਦੇ ਇਲੈਕਸ਼ਨ ਸਮਾਪਤ ਹੋ ਚੁੱਕੇ ਆ ਕਿਉਂਕਿ 5 ਵਜ ਗਏ ਆ 8 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਸਮਾਂ ਸੀਗਾ ਸਭ ਤੋਂ ਵੱਧ ਜ਼ੋਰ ਜਿਹੜਾ ਆ ਅਚੀਵਰ ਗਰੁੱਪ ਦਾ ਲੱਗਾ ਸਾਡੇ ਨਾਲ ਇਸ ਵੇਲੇ ਮੌਜੂਦ ਆ ਮੈਂਬਰ ਸਰ ਨਿਤਿਨ ਕੋਹਲੀ ਜੀ ਹੈਗੇ ਆ ਕਿਉਂਕਿ ਇਹਨਾਂ ਦਾ ਸਭ ਤੋਂ ਵੱਧ ਜ਼ੋਰ ਲੱਗਾ ਤਰੁਣ ਸਿੱਕਾ ਨੂੰ ਅੱਗੇ ਲਿਜਾਣ ਦੇ ਲਈ ਸਰ ਸਭ ਤੋਂ ਵੱਧ ਜ਼ੋਰ ਤੁਹਾਡਾ ਲੱਗਾ ਕੀ ਲੱਗਦਾ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ ਨਤੀਜੇ ਵੀ ਕੁਝ ਘੰਟਿਆਂ ਤੱਕ ਸਾਹਮਣੇ ਆ ਜਾਣਗੇ ਹੁਣੇ ਕਾਊਂਟਿੰਗ ਸ਼ੁਰੂ ਹੋ ਜਾਣੀ ਹੈ ਘੰਟੇ ਤੱਕ ਘੰਟੇ ਬਾਅਦ ਸਾਰਾ ਕੁਝ ਪਤਾ ਲੱਗ ਜਾਣਾ ਕੀ ਲੱਗਦਾ ਲੱਗਦਾ ਤਰੁਣ ਸਿੱਕਾ ਜੀ ਆਰਾਮ ਨਾਲ ਜਿੱਤ ਜਾਣਗੇ ਦਿਨ ਰਾਤ ਇੱਕ ਕਰਤਾ ਤੁਸੀਂ ਸਿੱਕਾ ਸਾਹਿਬ ਵਾਸਤੇ ਕਿਉਂਕਿ ਕਹਿੰਦੇ ਸਿੱਕਾ ਸਾਹਿਬ ਤੋਂ ਪਹਿਲਾਂ ਨਾਂ ਜਿਹੜਾ ਵਾ ਕੋਹਲੀ ਸਾਹਿਬ ਦਾ ਆਉਂਦਾ ਸੀਗਾ ਕਿੰਨੀ ਕੁ ਮਿਹਨਤ ਲੱਗੀ ਨਹੀਂ ਜ਼ਿਆਦਾ ਜ਼ੋਰ ਨਹੀਂ ਲਾਇਆ ਵਿਚਾਰੇ ਦੀ ਆਪਣੀ ਮਿਹਨਤ ਉਹਨੇ ਆਪ ਬਹੁਤ ਮਿਹਨਤ ਕੀਤੀ ਹੈ ਬਾਕੀ ਸਾਡੇ ਆ ਸਾਰੇ ਸਾਥੀ ਖੜੇ ਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਸਾਰਿਆਂ ਨੇ ਰਲ ਮਿਲ ਕੇ ਟੀਮ ਵਰਕ ਆਉਂਦਾ ਟੀਮ ਏਜੰਡੇ ਦੇ ਉੱਪਰ ਮੇਨ ਆਪਾਂ ਫੋਕਸ ਕੀਤਾ ਜੀ ਮੇਨਲੀ ਡਿਵੈਲਪਮੈਂਟ ਉਹਨੇ ਜਿਹੜੀ ਪ੍ਰਪੋਜ਼ ਕੀਤੀ ਆ ਜਾਂ ਮੈਨੀਫੈਸਟੋ ਜਿਹੜਾ ਉਹਨੇ ਦਿੱਤਾ ਆ ਡਿਵੈਲਪਮੈਂਟ ਦੇ ਉੱਤੇ ਕਰੂਗਾ ਉਸ ਕਰਕੇ ਫਿਰ ਵੈਸੇ ਹੀ ਯੰਗਸਟਰ ਮੈਂਬਰ ਕਾਫੀ ਆ ਗਏ ਕਲੱਬ ਦੇ ਵਿੱਚ ਉਹਨਾਂ ਨੇ ਕਾਫੀ ਸਪੋਰਟ ਕੀਤਾ ਤੁਹਾਡਾ ਐਡਾ ਵੱਡਾ ਨਾਮ ਆ ਇੰਨਾ ਸਾਰਾ ਕੁਝ ਤੁਸੀਂ ਕਰਦੇ ਹੋ ਤੁਸੀਂ ਕਿਉਂ ਨਹੀਂ ਸਾਹਮਣੇ ਆਏ ਸਾਹਮਣੇ ਆ ਤੁਹਾਡੇ ਇੰਟਰਵਿਊ ਦੇ ਰਹੇ ਇਸ ਤੋਂ ਜ਼ਿਆਦਾ ਸਾਹਮਣੇ ਕੀ ਆਣਾ ਇਸ ਤੋਂ ਜ਼ਿਆਦਾ ਲਾਈਵ ਕਿਹਦੇ ਵੀ ਬੈਕਬੋਨ ਆ ਬੈਕਬੋਨ ਤਰੁਣ ਸਿੱਕਾ ਦੀ ਸਾਹਮਣੇ ਖੜਾ ਹੈ ਇਸਲੇ ਇਸ ਤੋਂ ਜ਼ਿਆਦਾ ਲਾਈਵ ਕੀ ਹੋਣਾ ਸਾਹਮਣੇ ਆ ਕਹਿੰਦਾ ਮਤਲਬ ਕਿ ਅਹੁਦੇ ਦੇ ਉੱਪਰ ਚੋਣ ਕਿਉਂ ਨਹੀਂ ਲੜੀ ਨਹੀਂ ਨਹੀਂ ਚੋਣ ਦਾ ਵੈਸੇ ਕੀ ਲੋੜ ਹੈ ਇਲੈਕਸ਼ਨ ਲੁਕਸ਼ਨ ਦਾ ਪੋਲੀਟੀਕਲ ਆਦਮੀਆਂ ਦਾ ਕੰਮ ਆ ਜੀ ਤਾਂ ਸਿੱਧੇ ਸਾਦੇ ਬੰਦੇ ਆ ਇੰਨਾ ਸ਼ੌਂਕ ਪੂਰਾ ਕਰ ਲਈਦਾ ਬਸ ਥਿੰਕ ਟੈਂਕ ਆ ਕੋਹਲੀ ਸਾਹਿਬ ਪਿੱਛੋਂ ਦਿਮਾਗ ਸਾਰਾ ਉਹਨਾਂ ਦਾ ਹੀ ਚੱਲਦਾ ਨਹੀਂ 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 ਆਪਣੇ ਮੁੰਡੇ ਦੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਮੁੰਡਿਆਂ ਨੇ ਅੱਜ ਕਿਸ ਤਰੀਕੇ ਨਾਲ ਮੋਢੇ ਨਾਲ ਮੋਢਾ ਲਾ ਕੇ ਗਾਂਹ ਵੀ ਸਿੱਕਾ ਸਾਹਿਬ ਨਾਲ ਜੇ ਭਰੋਸਾ ਜਿਤਾਉਂਦੇ ਆ ਮੈਂਬਰ ਤਾਂ ਕਿਸ ਤਰੀਕੇ ਨਾਲ ਅਗਲੀ ਰਣਨੀਤੀ ਰਹੂਗੀ ਟੀਮ ਬਣ ਜਾਣੀ ਹੁਣ ਇਹਨਾਂ ਦੀ ਜਿਹੜੀ ਨਵੀਂ ਜੋ ਵੀ ਟੀਮ ਬਣੂਗੀ ਆਪੇ ਕਲੱਬ ਨੂੰ ਡਿਵੈਲਪਮੈਂਟ ਕਰੂਗੇ ਲੁਕਸ ਲਾਈਕ ਕਿ ਪੋਜ਼ਿਟਿਵ ਰਿਜ਼ਲਟ ਆਣਗੇ ਬਾਕੀ ਹੁਣ ਅੱਜ ਇਲੈਕਟ ਹੋ ਜਾਂਦੇ ਫਿਰ ਉਸ ਤੋਂ ਬਾਅਦ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਲ ਹੀ ਉਹਨਾਂ ਦੇ ਨਾਲ ਹੁਣ ਇਹਨਾਂ ਦਾ ਟੀਮ ਦਾ ਕੰਮ ਆ ਸਾਡਾ ਕੰਮ ਅੱਜ ਤੱਕ ਹੁੰਦਾ ਬਸ ਅੱਜ ਤੋਂ ਬਾਅਦ ਇਹਨਾਂ ਨੇ ਆਪੇ ਕਰਨਾ ਸਾਰਾ ਕੁਝ ਹੁਣ ਤੱਕ ਰਿਜ਼ਲਟ ਤੱਕ ਨਾਲ ਰਿਜ਼ਲਟ ਤੱਕ ਵੋਟਿੰਗ ਤੱਕ ਨਾਲ ਆ ਬਸ ਰਿਜ਼ਲਟ ਵੀ ਇਹਨਾਂ ਨੇ ਸੁਣਨੇ ਅਸੀਂ ਤਾਂ ਚੱਲੇ ਘਰ ਹੁਣ ਸਾਡਾ ਕੰਮ ਹੋ ਗਿਆ ਸੁਣਿਆ ਸੀ ਹੁਣ ਰੈਸਟ ਕਰਨ ਚੱਲੇ ਚੱਲੇ ਹੁਣ ਜਾ ਰਹੇ ਘਰ ਹੁਣ ਇਹਨਾਂ ਦਾ ਕੰਮ ਇਸ ਤੋਂ ਬਾਅਦ ਵੋਟਿੰਗ ਆਪੇ ਸਰ ਰਿਜ਼ਲਟ ਆਉਣ ਵਾਲੇ ਕੁਝ ਸਮੇਂ ਤੋਂ ਬਾਅਦ ਕਿਸ ਤਰ੍ਹਾਂ ਦੇ ਰਿਜ਼ਲਟ ਆਉਂਦੇ ਤੁਹਾਨੂੰ ਲੱਗਦਾ ਕਿ ਹੈਗੇ ਆ ਅਸੀਂ ਚਾਰੋਂ ਦੇ ਚਾਰੋਂ ਸੀਟਾਂ ਉੱਪਰਲੀਆਂ ਜਿੱਤਾਂਗੇ ਪੂਰਾ ਕੌਨਫੀਡੈਂਸ ਆ ਸਾਨੂੰ ਇੱਥੇ ਹਾਂਜੀ ਸਿੱਕਾ ਸਾਹਿਬ ਨੂੰ ਸਿੱਕਾ ਸਾਹਿਬ ਦੇ ਜੇ 2-4 ਗੁਣ ਦੱਸਣੇ ਹੋਣ ਕਿਉਂਕਿ ਉਹ ਪਹਿਲਾਂ ਟਨਿਓਰ ਵੀ ਉਹਨਾਂ ਨੇ ਪੂਰੀ ਕੀਤੀ ਆ ਹੁਣ ਫਿਰ ਜੇ ਲੋਕ ਭਰੋਸਾ ਜੇ ਉਹਨਾਂ ਦੇ ਕੋਈ ਗੁਣ ਦੱਸਣੇ ਹੋਣ ਤਾਂ ਸਰ ਇਜ਼ ਯੰਗ ਆਏ ਐਨਰਜੈਟਿਕ ਆਏ ਐਂਡ ਓਨੈਸਟ ਗਾਏ ਉਹਨਾਂ ਪਹਿਲੇ ਵੀ ਕੰਮ ਕੀਤਾ ਅਤੇ ਉਹਨਾਂ ਦਾ ਕੰਮ ਬਹੁਤ ਅੱਛਾ ਸੀਗਾ ਐਂਡ ਆਈ ਥਿੰਕ ਹੀ ਵਿਲ ਡੂ ਵੈਲ ਫੋਰ ਦਾ ਕਲੱਬ ਇਨ ਫਿਊਚਰ ਆਲਸੋ ਸਰ ਕੋਈ ਦੋ ਕੰਮ ਇਹੋ ਜਿਹੇ ਦੱਸ ਦਿਓ ਜਿਹੜੇ ਰਹਿੰਦੇ ਹੁਣ ਸਿੱਕਾ ਸਾਹਿਬ ਦੀ ਟਨਿਓਰ 'ਚ ਨਹੀਂ ਹੋਏ ਜੇ ਉਹਨਾਂ ਨੂੰ ਭਰੋਸਾ ਜਿਤਾਉਂਦੇ ਨੇ ਮੈਂਬਰ ਤਾਂ ਫਿਰ ਉਹ ਕਿਹੜੇ ਕਿਹੜੇ ਕੰਮ ਕਰਨ ਬੇਸਿਕਲੀ ਸਿੱਕਾ ਸਾਹਿਬ ਦੀ ਡਿਜ਼ਾਇਰ ਸੀ ਸੈਕਟਰੀ ਬਣ ਕੇ ਮੈਂ ਅੱਛੇ ਕੰਮ ਕਰਾਂਗਾ ਅਸੀਂ ਲੋਕਾਂ ਨੇ ਸਾਥ ਦਿੱਤਾ ਹੈਗਾ ਅਸੀਂ ਲੋਕਾਂ ਨੇ ਸਮਝਿਆ ਕਿ ਅੱਛੀ ਚੋਇਸ ਹੈਗੀ ਆ ਔਰ ਅੱਛਾ ਫੈਮਿਲੀ ਬਿਲੋਂਗਿੰਗ ਹੈਗੀ ਆ ਔਰ ਬੰਦਾ ਕੰਮ ਕਰ ਸਕਦਾ ਹੈਗਾ ਕਲੱਬ ਦੇ ਵਿੱਚ ਬਹੁਤ ਡਿਵੈਲਪਮੈਂਟ ਪੈਂਡਿੰਗ ਹੈਗੀਆਂ ਜਿਹੜੀਆਂ ਹੋ ਸਕਦੀਆਂ ਹੈਗੀਆਂ ਉਹਨਾਂ ਨੇ ਭਰੋਸਾ ਦਵਾਇਆ ਸੀ ਕੁਝ ਪਾਰਕਿੰਗ ਸੀ ਪ੍ਰੋਬਲਮ ਹੈਗੀ ਆ ਕੁਛ ਹੋਰ ਸਪੋਰਟਸ ਵਾਲੀ ਸਾਈਡ ਦੇ ਕੁਛ ਪ੍ਰੋਬਲਮ ਹੈਗੀਆਂ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਮੈਂ ਸਾਰੀਆਂ 'ਤੇ ਕੰਮ ਕਰੂੰਗਾ ਅਤੇ ਅਸੀਂ ਲੋਕਾਂ ਨੇ ਜਿਹੜਾ ਸਾਡਾ ਸਾਰੇ ਦੋਸਤਾਂ ਨੇ ਕੋਸ਼ਿਸ਼ ਕਰਕੇ ਉਹਨੂੰ ਅਸੀਂ ਕੋਸ਼ਿਸ਼ ਕੀਤੀ ਕਿ ਉਹ ਆਵੇ ਅੱਗੇ ਅਤੇ ਜਿਹੜੀਆਂ ਕਲੱਬ ਦੀਆਂ ਬੇਸਿਕ ਰਿਕੁਆਇਰਮੈਂਟ ਹੈਗੀਆਂ ਉਹ ਸਾਰੀਆਂ ਪੂਰੀਆਂ ਕਰੇ ਹੋਰ ਸਾਡੀ ਪਰਸਨਲ ਕੋਈ ਨੀਡ ਨਹੀਂ ਅਸੀਂ ਤਾਂ ਔਰ ਮੈਂਬਰਸ ਵਾਸਤੇ ਹੀ ਐਫਰਟ ਕਰ ਰਹੇ ਹਾਂ ਉਹੀ ਸਾਰਾ ਸਾਡਾ ਏਜੰਡਾ ਹੈਗਾ ਉੱਥੇ ਅਸੀਂ ਕੰਮ ਕੀਤਾ ਗੱਲਬਾਤ ਕਰ ਲਈ ਸੋ ਵੋਟਿੰਗ ਪ੍ਰਕਿਰਿਆ ਖਤਮ ਹੋ ਚੁੱਕੀ ਹੈ ਕੁਝ ਹੀ ਘੰਟਿਆਂ ਬਾਅਦ ਨਤੀਜੇ ਸਾਹਮਣੇ ਆ ਜਾਣਗੇ ਕਿ ਕਿਹੜਾ ਸੈਕਟਰੀ ਇੱਥੋਂ ਦੇ ਮੈਂਬਰਾਂ ਨੇ ਚੁਣਿਆ ਆ ਕੁਝ ਹੀ ਘੰਟਿਆਂ ਦੇ ਵਿੱਚ ਤੁਹਾਡੇ ਸਾਹਮਣੇ ਉਹ ਚਿਹਰਾ ਹੋਵੇਗਾ ਕੈਮਰਾਮੈਨ ਪਵਨ ਦੇ ਨਾਲ ਮਨਦੀਪ ਸਿੰਘ ਦੈਨਿਕ ਸਵੇਰਾ ਟੀਵੀ ਜਲੰਧਰ